ਬੀਬੀ ਚੋਲੀ ਤਾਰ ਹੈ ਹੋਰ ਕਿੰਨਾ ਕੁ ਟਾਈਮ ਲੱਗੂਗਾ ਅੱਛਾ ਇਹ ਇੱਕ ਇਹੀ ਦਿੰਦੀ ਹੈ ਦੁੱਧ ਹਨਾ ਹੋਰ ਉਹ ਤਾਂ ਹਲੇ ਸੋਣ ਵਾਲੀ ਹੈ ਅੱਛਾ ਬੌਂਕਰ ਮਾਰੀ ਦੇ ਅੱਗੇ ਹਨਾ ਹੁਣ ਅੱਗੇ ਜਿਵੇਂ ਵਾਲੀ ਧੁੰਦ ਹੁੰਦੀ ਹੈ ਇਸ ਵੇਲੇ ਅੱਜ ਇੰਨੀ ਧੁੰਦ ਹੈ ਨਹੀਂ ਹਨਾ ਹਾਂ ਦੋ ਕੁ ਦਿਨਾਂ 'ਚ ਭਾਰੀ ਬਣਾ ਦਿੱਤੀ ਲੋਕਾਂ ਨੇ ਰੱਬ ਨੇ ਨਹੀਂ ਕਹਿੰਦੇ ਸੀ ਠੰਡ ਹੈ ਨਹੀਂ ਠੰਡ ਨਹੀਂ ਹੋਈ ਪਾਣੀ ਨੇ ਬਾਲਟੀ ਭਰ ਕੇ ਲਿਆਉਣਾ ਸੀ ਬੀਬੀ ਕਹਿੰਦੀ ਕਿਉਂਕਿ ਚੁੱਲ੍ਹੇ 'ਤੇ ਪਾਣੀ ਨਾ ਸੱਤਾ ਰੱਖਦੀ ਹੁੰਦੀ ਹੈ ਬੀਬੀ ਇਸ ਵੇਲੇ ਪਤੀਲਾ ਅਤੇ ਟੂਟੀ ਬੀਬੀ ਗਈ ਉਹ ਸਾਹਮਣੇ ਉੱਥੇ ਇੱਧਰ ਸਾਹਮਣੇ ਅਤੇ ਉੱਥੋਂ ਪਾਣੀ ਭਰਦੀ ਹਾਂ ਮੈਂ ਹੁਣ ਬਾਲਟੀ ਭਰ ਗਈ ਫੁੱਲ ਚਲੋ ਲੈ ਕੇ ਚੱਲਦੇ ਹਾਂ ਹੁਣ ਠੰਡ ਅੱਜ ਜਮਾ ਹੈ ਨਹੀਂ ਵੈਸੇ ਠੰਡ ਬਹੁਤ ਹੁੰਦੀ ਇਸ ਵੇਲੇ ਪਰ ਹੈ ਨਹੀਂ ਅੱਜ ਘੱਟ ਹੈ ਹਾਲੇ ਮੈਂ ਕਿਹਾ ਚੱਲ ਦੋ ਮਿੰਟ ਸੇਕ ਲੈਂਦੇ ਹਾਂ ਹੱਥ ਦੇ ਵੀ ਪਤੀਲਾ ਤੜਕੀ ਧਰ ਦਿੰਦੀ ਹੁੰਦੀ ਹੈ ਚੁੱਲ੍ਹੇ 'ਤੇ ਬਸ ਪਾਣੀ ਦਾ ਤੱਤਾ ਹੋਣ ਨੂੰ ਧੋਣ ਨੂੰ ਮਤਲਬ ਹੱਥ ਹੁੱਥ ਧੋਣੇ ਆ ਜਾਂ ਊਂ ਵੀ ਬਰਤਨਾ ਪਾਣੀ ਭਾਂਡੇ ਧੋਣ ਨੂੰ ਤੜਕੇ ਤੜਕੇ ਦੇ ਹਰ ਫਿਰ ਰਜਾਈ 'ਚੋਂ ਨਿਕਲ ਨੂੰ ਕਰਦਾ ਸੀ ਪਰ ਮੈਂ ਉਹਨੂੰ ਨਿਕਲ ਨਹੀਂ ਦਿੱਤਾ ਰਜਾਈ 'ਚੋਂ ਮੈਂ ਕਿਹਾ ਵੀ ਰਜਾਈ 'ਚ ਪਿਆਰ ਹੈ ਅਤੇ ਇਸ ਚੁੱਲ੍ਹੇ ਮੂਹਰੇ ਬੈਠਿਆਂ ਨੂੰ ਨਹੀਂ ਇੰਨੀ ਠੰਡ ਲੱਗਦੀ ਮਤਲਬ ਚੁੱਲ੍ਹੇ ਮੂਹਰੇ ਅੱਗ ਮੱਚੀ ਜਾਂਦੀ ਹੋਵੇ ਨਹੀਂ ਰਜਾਈ 'ਚ ਤਾਂ ਠੰਡ ਲੱਗਦੀ ਹੈ ਹੁਣ ਪਰ ਅੱਜ ਖਾਣੀ ਵੀ ਧੁੰਦ ਜੀ ਨਹੀਂ ਬਾਹਲੀ ਬਈ ਸਾਨੂੰ ਐਂ ਲੱਗੀ ਜਾਂਦਾ ਵੀ ਠੰਡ ਘੱਟ ਅੱਜ ਵੀ ਬਾਹਲੀ ਹੈ ਨਹੀਂ ਅਤੇ ਬਾਲਣ ਤਾਂ ਮਿੰਟ 'ਚ ਦੇਖ ਲਓ ਰਾਤ ਇੰਨੀਆਂ ਛੱਡੀਆਂ ਪਈਆਂ ਸੀ ਅਤੇ ਮਿੰਟ 'ਚ ਉੱਡ ਜਾਂਦਾ ਬਾਲਣ ਤਾਂ ਚੁੱਲ੍ਹੇ 'ਤੇ ਕੰਮ ਧੰਦਾ ਕਰਦੇ ਹਾਂ ਜਦੋਂ
ਮੈਨੂੰ ਪਤਾ ਬੀਬੀ ਵੱਡੀ ਲੱਗਦੀ ਬੀਬੀ ਮੇਰਾ ਸਿਰ ਤਾਂ ਨੀ ਦੁਖਣ ਲੱਗਦਾ ਇਹਨਾਂ ਨਾਲ ਤੇਰੀ ਐਨਕਾਂ ਲਾ ਲਾ ਮੇਰੀ ਗੱਲ ਤਾਂ ਸੁਣ ਲਾ ਤੁਸੀਂ ਛੋਟੀ ਹੁੰਦੀ ਮੈਂ ਤੇਰੀ ਐਨਕ ਲਾ ਲੈਂਦੀ ਸੀ ਤੂੰ ਕਹਿ ਦਿੰਦੀ ਸੀ ਤੇਰਾ ਸਿਰ ਦੁਖਣ ਲੱਗ ਜੂ ਮੇਰੀ ਐਨਕਾਂ ਕਲਾਉਣੀ ਹੈ ਉਹ ਕਹਿੰਦੀ ਤੁਹਾਨੂੰ ਜੀ ਮੇਰਾ ਯਾਦ ਹੈ ਗੱਲਾਂ ਮੇਰੇ ਸਿਰ ਦੁੱਖ ਦੇ ਨਾਲ ਕਿ ਮੇਰੀਆਂ ਅੱਖਾਂ ਇਹਦੇ ਚ ਸੁੱਜਗਾਂ ਲੱਗੀ ਜਾਂਦੀਆਂ ਮੈਨੂੰ ਐਡਗਾਂ ਨਹੀਂ ਇਹਦੇ ਚ ਲੱਗਦੀਆਂ ਬੀਬੀ ਇਹਦੇ ਚ ਸ਼ਕਲ ਜੀ ਮੈਨੂੰ ਕੈਮਰੇ ਚ ਵੀ ਇਹਦੀ ਵੱਡੀ ਲੱਗੀ ਜਾਂਦੀ ਇਹਦੇ ਨਾਲ ਵੱਡੀ ਲੱਗਦੀ ਹੈ ਇਹ ਮਤਲਬ ਦੂਰ ਦੀ ਐਨਕ ਹੈ ਕਿ ਨੇੜੇ ਦੀ ਤੈਨੂੰ ਪਤਾ ਹੀ ਨਹੀਂ ਤੇਰੇ ਐਨਕ ਲੱਗੀ ਹੈ ਕਿੰਨੇ ਸਾਲ ਹੋ ਗਏ ਨਾ ਬੀਬੀ ਇਹ ਤਾਂ ਅੱਖਾਂ 'ਚ ਟੋਏ ਜੇ ਪੈ ਜਾਂਦੇ ਜੇ ਬੰਦਾ ਲਗਾਤਾਰ ਐਨਕ ਲਾਵੇ ਹਨਾ ਲਾ ਕੇ ਦੇਖ ਲਾ ਰਲਦੀ ਨਾਲ ਲਾ ਦੀ ਇੱਕ ਦੂਜੇ ਦੀਆਂ ਐਨਕਾਂ ਹਨਾ ਬੀਬੀ ਅੱਖਾਂ ਦੇ ਨੰਬਰ ਦੇ ਹਿਸਾਬ ਨਾਲ ਹੁੰਦੀਆਂ ਤਾਂ ਕੀ ਹੋਣਾ ਇੱਧਰ ਜਾ ਕੇ ਇੱਧਰ ਚੱਲ ਰੋਟੀਆਂ ਲਾ ਲਈਏ ਆਪਾਂ ਗਰਮਾ ਗਰਮਾ ਮਿਸਰ ਬੀਬੀ ਨੇ ਤੇ ਮਾਮੇ ਨੇ ਸ਼ਹਿਰ ਜਾਣਾ ਬੂਟ ਪਵਾਉਣ ਮਾਮੇ ਦੇ ਬੂਟ ਪਵਾ ਕੇ ਲਿਆਉਣਾ ਬੀਬੀ ਨੇ ਤੇ ਬੀਬੀ ਕਹਿੰਦੀ ਘਰੇ ਨੀ ਕੋਈ ਹੁੰਦਾ ਤੂੰ ਘਰੇ ਰਹਿ ਪੀ ਹੈ ਕਿਵੇਂ ਰੋਟੀ ਖਾ ਲਗੇ ਗਰਮ ਗਰਮ ਬਸ ਦੋ ਹੀ ਆ